अज आप वो चीज बनाउन लगे हैं जिहड़ी आम घरां च पहलां बनदी हुंदी सी, ते लोक बहुत शौक नाल बनाउंदे वी सी ते खांदे वी सी। हुण आपां चले आं 20 साल पिछे, आपां है ना तुहानूं वो शायद विखावांगे जिहड़ी अगे अज तों 20 साल पहलां बनदी सी, हुण ते बनदी नहीं हैगी। ना घरां दे विच वो चीज़ां हैगियां वा, ना लोक बनाउंदे आ। शहर पिंडां दियां ते पिंडां दे विच हुण आपां बनाउणों हट गए आ, ते अगे लोक घरां च बनाउंदे सी ते हुण लोक बनाउंदे नहीं। हुण मॉडर्न हो गए, हुण शहरां दे विच चीज़ां रेडीमेड चीज़ां लैंदे आ ते वो बनाउंदे आ, पर उहनां दा जायका नहीं हैगा जिहड़ा इहनां चीज़ां दा जायका, जिहड़ा आपां अपने हथ नाल चीज़ां बनाउंदे आ उहनां दा जायका। वो जिहड़ा पैकेटां दीआं चीज़ां मिलदियां उहनां दा किसे दा जायका नहीं हैगा। जिहड़ी चीज़ हथ नाल बणाई आ अपने सियाणे सी बणाउंदे सी खांदे सी, ते किड्डी सोहणी ओह चीज़ बणदी सी। ते अज तां मैं है ना उस पासे लै के जाणी आ, वो दिखाउणी आ तुहानूं चीज़ के बणदी किद्दां वा। चलो खैर, अज आपां लगे आ सेवियां बनाउण, ते किद्दां बणाउंदे सी ते किद्दां वो वटदे सी वो तुहानूं अज असीं दिखाउणे आ। हांजी, आह मशीन आ ते इहनूं इदां बन्न लैणा वा घुट के, ते फिर इत्थों दी मैदा पाउणा वा, ते इत्थों दी है ना इह सेवियां जिहड़ियां बण बण के निकलणियां वा, ते इहनूं आपां इहनूं इदां करके इहनूं घुमाई जाणा वा ते बहुत आसानी नाल बण जांदियां वा। आपां आह लै लिया वा मैदा, ते मैदा आपां इदां गुनणा वा वी पाणी पा के इहनूं सख्त रखणा वा, नरम नहीं करना जिवें आपां आटा गुन्नदे, इदां नहीं गुनणा हैगा, सख्त गुनणा वा। जिन्ना सख्त होगा उन्नियां सेवियां सोहणियां बनणगियां, ते सख्त रहणगियां वो टुटणगियां ना सेवियां, ते थोड़ा घिओ ला ला के ना इहनूं गुनणा वा। हुण आपां इहनूं गुनण दे स्टार्ट करदे आं, ते फिर तुहानूं दिखाउंदे किद्दां गुन्नी दा वा। हाँ आ घिओ वा, थोड़ा जिहा घिओ लैणा, ज्यादा नहीं लैणा हैगा, ते इहदे विच थोड़ा जिहा मिक्स करके ते उहदे नाल है ना इह आटा गुन्नी जाणा वा, सख्त कीती जाणा नालों नाल थोड़ा थोड़ा पाणी पा के। ਆਪਾਂ ਨਾ ਇਹਨੂੰ ਪਹਿਲਾਂ ਹੀ ਥੋੜ੍ਹਾ ਥੋੜ੍ਹਾ ਸਖਤ ਕਰ ਲੈਣਾ ਵਾ, ਅਤੇ ਫਿਰ ਹੈ ਨਾ ਥੋੜ੍ਹਾ ਥੋੜ੍ਹਾ ਲਾ ਕੇ ਮੈਦਾ ਹੈ ਨਾ, ਅਤੇ ਇਹਨੂੰ ਗੁੰਨਣਾ ਵਾ ਚੰਗੀ ਤਰ੍ਹਾਂ, ਗੁੰਨ ਗੁੰਨ ਕੇ ਇਹਨੂੰ ਹੈ ਨਾ ਇਹਨੂੰ ਮੋਟਾ ਕਰ ਲੈਣਾ ਵਾ। ਜੇ ਆਟਾ ਇਹਦੇ ਵਿੱਚ ਰਲਾਉਣਾ ਹੋਵੇ ਨਾ, ਤਾਂ ਉਹ ਬਰੀਕ ਦੁਪੱਟੇ ਦੇ ਨਾਲ ਛਾਣ ਲੈਣਾ ਵਾ, ਛਾਣਨੀ ਨਾ ਨਹੀਂ ਛਾਣਨਾ, ਬਰੀਕ ਦੁਪੱਟੇ ਦੇ ਨਾਲ ਛਾਣਨਾ ਵਾ, ਅਤੇ ਉਹ ਵੀ ਵਿੱਚ ਰਲਾ ਲੈਣਾ ਵਾ। ਉਹਦੇ ਨਾਲ ਵੀ ਸੇਵੀਆਂ ਬੜੀਆਂ ਸੋਹਣੀਆਂ ਬਣਦੀਆਂ ਵਾ, ਇਕੱਲਾ ਮੈਦਾ ਨਾ ਪਾਉਣਾ ਹੋਵੇ, ਅਤੇ ਮੇਰਾ ਤਾਂ ਪਰ ਇਕੱਲਾ ਮੈਦਾ ਹੈ ਨਾ, ਤੁਸੀਂ ਆਟਾ ਪਾਉਣਾ ਹੋਵੇ ਤਾਂ ਪਾ ਸਕਦੇ ਆ। ਥੋੜ੍ਹਾ ਜਿਹਾ ਨਾ ਘਿਓ ਪਾ ਲੈਣਾ ਵਾ ਵਿੱਚ, ਆਟਾ ਜਿਹੜਾ ਨਾ ਨਰਮ ਹੋ ਜਾਵੇ। ਚੰਗੀ ਤਰ੍ਹਾਂ ਗੁੰਨ ਲੈਣਾ ਵਾ, ਸਖਤ ਕਰ ਲੈਣਾ ਵਾ, ਇੰਨਾ ਗੁੰਨਣਾ ਵਾ ਕਿ ਇੰਨਾ ਸਖਤ ਹੋ ਜਾਵੇ, ਜਿਵੇਂ ਗੇਂਦ ਨਹੀਂ ਸਖਤ ਹੁੰਦੀ, ਇੱਦਾਂ ਕਰ ਲੈਣਾ ਵਾ ਆਟਾ। ਉਹ ਜਿੰਨਾ ਸਖਤ ਹੋਊਗਾ ਫਿਰ ਸੇਵੀਂ ਟੁੱਟੂਗੀ ਨਾ। ਸਿਆਣੇ ਕਹਿੰਦੇ ਹੁੰਦੇ ਸੀ ਇਹ ਇੱਦਾਂ ਗੁੰਨ ਲੈਣਾ ਵਾ ਜਿਵੇਂ ਰਬੜ ਤੇ ਬਣ ਜਾਵੇ, ਅਤੇ ਕੰਧ 'ਚ ਮਾਰੇ ਤਾਂ ਰਬੜ ਤਰ੍ਹਾਂ ਹੈ ਨਾ ਜਿਮੜੇ ਨਾ ਕੰਧ ਨਾਲ, ਇੰਨਾ ਇਹ ਸਖਤ ਹੋ ਜਾਵੇ। ਹਾਂਜੀ, ਆਟਾ ਸਾਡਾ ਗੁੱਜ ਗਿਆ ਵਾ, ਤੇ ਆਪਾਂ ਇਹਨੂੰ ਐਨ ਸਖਤ ਕਰ ਲਿਆ, ਦੇਖੋ ਕਿੰਨਾ ਸਖਤ ਵਾ। ਤੇ ਹੁਣ ਇੱਧਰ ਮੇਰੇ ਨਾਲ ਇਹਨੂੰ ਮੋਜੇ ਲਾ, ਤੇ ਮੈਂ ਪੇੜੇ ਕਰਦੀ ਆ ਇਹਨਾਂ ਦੇ, ਇਦਾਂ ਤੋੜ ਤੋੜ ਕੇ ਪੇੜੇ ਕਰਨੇ ਆ। ਤੇ ਇਹਨੂੰ ਇਦਾਂ ਘੁਮਾਈ ਜਾਣਾ। ਹਾਂ, ਇਹਨੂੰ ਇਦਾਂ ਘੁਮਾਈ ਜਾਣਾ ਵਾ। ਤੇ ਇਥੋਂ ਨਿਕਲੀਆਂ ਉਹ ਜੋ ਨਿਕਲੀਆਂ, ਉਹਦਾ ਤੈਨੂੰ ਪਤਾ ਲੱਗ ਜਾਊਗਾ ਕਿੱਦਾਂ ਨਿਕਲਦੀਆਂ। ਤੂੰ ਜਰਾ ਘੁਮਾ ਦੇ ਸਹੀ ਜ਼ੋਰ ਨਾਲ, ਉੱਚੀ ਨਹੀਂ ਗੋ ਸਿੱਧੀ। ਇਸੇ ਵਾ ਸਿਆਣਿਆਂ ਨੂੰ ਪਤਾ ਸੀ, ਤੁਹਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਨਾ ਵੀ ਕਿੱਦਾਂ ਇਹ ਬਣਾਉਣੀਆਂ ਕਿੱਦਾਂ ਨਹੀਂ ਬਣਾਉਣੀਆਂ, ਇਹ ਵੀ ਸਾਰੀ ਗੱਲ ਤੈਨੂੰ ਦੱਸਣੀ ਪੈਣੀ ਹੈ। ਲੋ ਜੀ, ਆਪਾਂ ਆਪਦਾ ਕੰਮ ਕਰਤਾ ਸਟਾਰਟ। ਹੋ ਗਿਆ ਸਟਾਰਟ। ਇਹਨੂੰ ਹਿਲਾ ਜਰਾ ਘੱਟ, ਸੇਵੀਆਂ ਟੁੱਟਣ ਨਾ ਲੱਗ ਪੈਣ। ਕਹਿੰਦਾ ਪਹਿਲਾਂ ਇੱਦਾਂ ਬਣਾਉਣੇ ਦਿੰਦੇ ਸੀ। ਸਾਰੀਆਂ ਸਾਰੀਆਂ ਨੇ ਕਿਸੇ ਨੇ ਲਾਈ ਜਾਣਾ, ਕਿਸੇ ਨੇ ਮੜੀ ਜਾਣਾ, ਕਿਸੇ ਨੇ ਮੰਜੇ ਮੰਜੇ ਡਾਹੇ ਹੋਣੇ, ਤੇ ਬਹੁਤ ਘਰਾਂ ਦੇ ਵਿੱਚ ਰੌਣਕ ਹੁੰਦੀ ਸੀ। ਹੁਣ ਤੇ ਜਿਹੜੇ ਲੋਕ ਆ ਉਹ ਹੁਣ ਹਰ ਕੰਮ ਜਿਹੜਾ ਵਾ ਸ਼ਹਿਰਾਂ ਦੇ ਵਿੱਚ ਕਰਦੇ ਆ, ਤੇ ਬਾਜ਼ਾਰੋਂ ਲਿਆਉਂਦੇ ਆ ਛਈਆਂ। ਅਸੀਂ ਦੇਸ਼ ਕੇ ਭਰ ਲੈਂਦੀਆਂ ਹੁੰਦੀਆਂ ਸੀ, ਬਣਾ ਬਣਾ ਕੇ ਸਾਡੀਆਂ ਮਾਵਾਂ ਨੇ ਦਾਦੀਆਂ ਨੇ ਬਣਾਉਣੀਆਂ, ਤੇ ਦੇਸ਼ ਕਿਆਂ ਦੇ ਵਿੱਚ ਅਸੀਂ ਰੱਖ ਲੈਣੀਆਂ ਬਣਾ ਬਣਾ ਕੇ। ਖੜੋ ਜਾ, ਮੈਂ ਲੱਛਾ ਤੋੜ ਲਵਾਂ ਇੱਕ ਮਿੰਟ। ਇਹ ਖਰਾਬ ਨਹੀਂ ਹੁੰਦਾ ਇਦਾਂ? ਨਹੀਂ, ਇਹ ਨਹੀਂ ਹੁੰਦਾ, ਜੁੜਦੇ ਨਹੀਂ ਆਪਸ, ਨਹੀਂ ਜੁੜਦੀਆਂ ਫਿਰ ਹਟ ਜਾਂਦੀਆਂ। ਬਿਸਮਿਲਲਾਹ ਦੀ ਬਰਕਤ। ਤੇ ਰੱਖਣੀ ਕਿੱਥੇ? ਇਹ ਆਪਾਂ ਇਦਾਂ ਹੀ ਹੈ ਨਾ ਤਾਰ ਤੇ ਪਾ ਦੇਣਾ ਵਾ, ਤੇ ਸੁੱਕ ਜਾਣਾ ਵਾ। ਆਹ ਜਿਹੜੀਆਂ ਸੇਵੀਆਂ ਸੁਕਾ ਲੈਣੀਆਂ ਵਾ, ਤੇ ਆਹ ਜਿਹੜੀਆਂ ਵਾ ਇਹਨਾਂ ਦੇ ਭਾਵੇਂ ਆਪਾਂ ਜਿਹੜੇ ਆ ਨੂਡਲ ਬਣਾਉਂਦੇ ਹੁੰਦੇ ਆ ਜਵਾਕ, ਉਹ ਬਣਾ ਲੈਣ, ਉਹ ਵੀ ਮੈਦੇ ਦੇ ਹੀ ਹੁੰਦੇ ਆ, ਤੇ ਮਾਸ਼ਾਅੱਲਾ ਬਹੁਤ ਸੋਹਣੀਆਂ ਬਣਦੀਆਂ ਜਾਂਦੀਆਂ ਵਾ। ਸੁੱਕਣ ਨੂੰ ਵੇਟ ਲੱਗਣਾ, ਟਾਈਮ ਲੱਗਣਾ ਵਾ ਇਹਨਾਂ ਨੂੰ, ਤੇ
ਅਸੀਂ ਤੇ ਚਾਟੀਆਂ ਦੇ ਵਿੱਚ ਹਨਾ ਜਿਹੜੀਆਂ ਚਾਟੀਆਂ ਹੁੰਦੀਆਂ ਸੀ ਰੋਗਨੀ ਉਹਨਾਂ ਦੇ ਵਿੱਚ ਹਨਾ ਸਾਡੀਆਂ ਮਾਵਾਂ ਨੇ ਬਣਾ ਬਣਾ ਕੇ ਰੱਖਣੀਆਂ ਹੁਣ ਤੇ ਸਾਰੇ ਕੰਮ ਐਵੇਂ ਬਾਜ਼ਾਰੂ ਆ ਬਾਜ਼ਾਰੂ ਸੇਵੀਆਂ ਜਿਹੜੀਆਂ ਇਹਨਾਂ 'ਚ ਜਾਨ ਜੂਨ ਹੀ ਨਹੀਂ ਹੈਗੀ ਭੋਰਾ ਵੀ ਐਵੇਂ ਕੋਲ ਜਾਂਦੀਆਂ ਜਦੋਂ ਪੂਰਾ ਪਾਣੀ ਪਾਈ ਗਏ ਦੇਸੀ ਘਿਓ ਹੁੰਦਾ ਸੀ ਘਰਾਂ ਦਾ ਖੁੱਲਾ ਉਹਦੇ ਵਿੱਚ ਭੁੰਨ ਲੈਣੀਆਂ ਭੁੰਨੀਆਂ ਕਰਨੀਆਂ ਪ੍ਰਾਹੁਣਾ ਆ ਜਾਣਾ ਨਾ ਦੁਕਾਨ ਤੋਂ ਕੋਈ ਸ਼ੈ ਨੀ ਲਿਆਉਣੀ ਬਸ ਇਹ ਜਿਹੜੀਆਂ ਛਈਆਂ ਹੁੰਦੀਆਂ ਸੀ ਇਹਨਾਂ ਘਰ ਦੀਆਂ ਹੀ ਉਹੀ ਦੇਸੀ ਕੁੱਕੜ ਕਰ ਲੈਣਾ ਤੇ ਸੇਵੀਆਂ ਹਨਾ ਭੁੰਨੀਆਂ ਕਰ ਲੈਣੀਆਂ ਕਹਿਣਾ ਪ੍ਰਾਹੁਣਾ ਆਇਆ ਵੀ ਜਦੋਂ ਮੇਰਾ ਭਰਾ ਚੱਲ ਕੇ ਆਇਆ ਵਾ ਬੱਸ ਤੇ ਬਹਿ ਕੇ ਤੇ ਭੁੰਨੀਆਂ ਸੇਵੀਆਂ ਕਰੋ ਤੇ ਬਹੁਤ ਗੱਲ ਹੁੰਦੀ ਸੀ ਉਦੋਂ ਜਦੋਂ ਵਿਆਹ ਹੁੰਦੇ ਸੀ ਹਲਵਾਈ ਵਗੈਰਾ ਹੁੰਦੇ ਸੀ ਜਦੋਂ ਉਹ ਸਾਰਾ ਕੰਮ ਆਪ ਕਰਦੇ ਹਾਂ ਸਾਰਾ ਬਿਸਤਰੇ ਘਰੋਂ ਹੀ ਦੇਣੇ ਕੱਢ ਕੇ ਮੰਜੇ ਇੰਨੇ ਬੁੜੀਆਂ ਦੇ ਆਉਣ ਕੇ ਰੱਖਣੇ ਉਹ ਘਰੇ ਹੀ ਆਪਦਾ ਤੇ ਫਿਰ ਉਹਨਾਂ ਨੇ ਜਿਹੜੇ ਆ ਪ੍ਰਾਹੁਣੇ ਜਦੋਂ ਆਉਣੇ ਹਨਾ ਤੇ ਘਰ ਦੀਆਂ ਬੂੰਦੀ ਤੇ ਜਿਹੜੇ ਨਮਕ ਪਾਰੇ ਘਰੇ ਹੀ ਕੱਢਦੇ ਹੁੰਦੇ ਸੀ ਤੇ ਏਡੇ ਸੋਹਣੇ ਉਹ ਪ੍ਰਾਹੁਣੇ ਲੱਗਣੇ ਵਿਹੜੇ ਚ ਬੈਠੇ ਹੋਣ ਤੇ ਕਰਦੇ ਆ ਨਾ ਉੱਥੇ ਕੰਮ ਸਾਰੇ ਸ਼ਹਿਰਾਂ ਦੇ ਵਿੱਚ ਜਾ ਕੇ ਹੋਟਲਾਂ ਚ ਕਰ ਲੈਂਦੇ ਆ ਤੇ ਘਰੇ ਕਹਿੰਦੇ ਗਾਂਧੀ ਨਾ ਪਵੇ ਤੇ ਪੰਜ ਪੰਜ ਦਿਨ ਪਹਿਲਾਂ ਪ੍ਰਾਹੁਣੇ ਹੁੰਦੇ ਸੀ ਤੇ ਉਹਨਾਂ ਨੇ ਆਣ ਕੇ ਤੇ ਬਹਿ ਜਾਣਾ ਭੈਣਾਂ ਭਰਾਵਾਂ ਨੇ ਸਾਰਿਆਂ ਨੇ ਮਿੱਟੀਆਂ ਲਵਾਉਣੀਆਂ ਨਾਲ ਕੰਮ ਕਰਵਾਉਣੇ ਏਡੇ ਏਡੇ ਸੋਹਣੇ ਕੰਮ ਕਰਨੇ ਤੇ ਹੁਣ ਤੇ ਪਤਾ ਹੀ ਨੀ ਵਿਆਹ ਹੁੰਦਾ ਕਿ ਨਹੀਂ ਹੁੰਦਾ ਲੈਟਾਂ ਲਾ ਲਓ ਘਰੇ ਜੀ ਤੇ ਵਿਆਹ ਕਰ ਲਓ ਹਾਲ ਚ ਹਾਂ ਏਦਾਂ ਲੋਕ ਕਰਦੇ ਕਿੱਥੇ ਹੁਣ ਉਹ ਗੱਲਾਂ ਹੀ ਨੀ ਰਹਿ ਗਈਆਂ ਹੈਗੀਆਂ ਪਰ ਉਹਨਾਂ ਉਹ ਜਿਹੜੀਆਂ ਗੱਲਾਂ ਸੀ ਨਾ ਉਹਨਾਂ ਚ ਰੌਣਕਾਂ ਬੜੀਆਂ ਸੀ ਤੇ ਹੁਣ ਤੇ ਭੈਣ ਭਰਾ ਦੂਰ ਹੋਏ ਬੈਠੇ ਜਿਹੜੇ ਬਾਹਰੋਂ ਆਉਂਦੇ ਆ ਹੁਣ ਜਿਹੜੇ ਭੈਣ ਭਰਾ ਵਾ ਸਾਡੇ ਵੀ ਗਏ ਵਾ ਉਹ ਜਿਹੜੇ ਆਉਂਦੇ ਆ ਉਹ ਝੁਰਦੇ ਆ ਵੀ ਇਹਨਾਂ ਛਈਆਂ ਨੂੰ ਇਹਨਾਂ ਗੱਲਾਂ ਨੂੰ ਵੀ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹ ਹੋਣ ਹੁਣ ਹੁਣ ਹਾਲਾਂ ਦੇ ਵਿੱਚ ਲੋਕ ਕਰਦੇ ਆ ਘਰਾਂ ਚ ਕੰਮ ਦਾ ਸਵਾਦ ਹੀ ਕੁਛ ਹੋਰ ਆ ਇੰਨੇ ਸੋਹਣੇ ਉਹਨਾਂ ਨੇ ਹਨਾ ਮੰਜੇ ਬਿਸਤਰੇ ਵਿਛਾਉਣੇ ਚਾਹ ਇੰਨਾ ਹੋਣਾ 15-15 ਦਿਨ ਪ੍ਰਾਹੁਣਿਆਂ ਨੇ ਆਉਣਾ ਜਾਣਾ ਏਡਾ ਸੋਹਣਾ ਹੋਣਾ ਵਿਆਹ ਤੇ ਸੱਜਣਾ ਵੀ ਉਹ ਹੁਣ ਤੇ ਸੱਜਦੇ ਹੀ ਨੀ ਹੈਗੇ ਤੇ ਜਿਹੜੇ ਬਾਹਰ ਬੈਠੇ ਆ ਆਪਣੇ ਭੈਣ ਭਰਾ ਤੇ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਬਹੁਤ ਖੁਸ਼ ਹੋਣਾ ਵੀ ਅਸੀਂ ਇਦਾਂ ਦੇ ਵਿਆਹ ਵੇਖੀਏ ਬਲਕਿ ਹੁਣ ਪਤਾ ਕਿੱਦਾਂ ਕਰਦੇ ਆ ਹੁਣ ਜਿਹੜੇ ਆਉਂਦੇ ਹਨਾ ਆਉਂਦੇ ਵਿਆਹ ਤੇ ਆ ਤੇ ਪਰ ਵਿਆਹ ਆਪਾਂ ਹਾਲਾਂ ਚ ਲੱਗ ਪਿਆ ਕਰਨ ਆਪਾਂ ਇੱਥੇ ਕਰੀਏ ਵਿਆਹ ਤੇ ਵੇਖਣ ਵਾਲੇ ਹੋਵੇ ਉਦੋਂ ਨਾ ਤੇ ਹੁੰਦਾ ਸੀ ਲੋਕਾਂ ਦਾ ਇੰਨਾ ਆਪਸ ਮੇ ਤੇ ਕਰਨਾ ਪਿਆਰ ਮੁਹੱਬਤ ਦਾ ਕਹਿਣਾ ਜਿਹੜੀ ਪਿੰਡ ਦੀ ਹੋਣੀ ਨਾ ਧੀ ਕਹਿਣਾ ਵੀ ਇਹ ਸਾਰੇ ਪਿੰਡ ਦੀ ਧੀ ਆ ਤੇ ਹੁਣ ਤੇ ਧੀ ਨੂੰ ਧੀ ਨੀ ਲੋਕ ਸਮਝਦੇ ਇੰਨੇ ਲੋਕ ਬਕਦਰੇ ਹੋਏ ਆ ਤੇ ਮੁਹੱਬਤ ਹੁੰਦਾ ਸੀ ਤੇ ਲੋਕ ਕਦਰ ਕਰਦੇ ਸੀ ਫਿਰ ਜਦੋਂ ਕਿਸੇ ਵਿਆਹ ਹੋਣਾ ਤੇ ਕਿਤੇ ਜਾਣਾ ਤੇ ਕਹਿਣਾ ਇਸ ਪਿੰਡ ਦੇ ਵਿੱਚ ਸਾਡੀ ਧੀ ਆ ਤੇ ਫਿਰ ਉਹਦੀ ਰੋਟੀ ਉਹਨਾਂ ਨੇ ਘੱਲਣੀ ਤੇ ਫਿਰ ਉਹਨੇ ਹਨਾ ਆਉਣਾ ਪੈਸੇ ਦੇ ਕੇ ਜਾਣੇ ਨਾਲੇ ਮੁੰਡੇ ਨਾਲੇ ਪਿਆਰ ਦੇ ਕੇ ਆਉਣਾ ਵੀ ਸਾਡੇ ਪਿੰਡ ਦਾ ਦੋਤਾ ਭਾਣਜਾ ਆਇਆ ਵਾ ਵਿਆਹਣ ਇੰਨਾ ਚਾਅ ਲੋਕ ਕਰਦੇ ਹੁੰਦੇ ਸੀ ਤੇ ਮਠਿਆਈ ਵੀ ਲੋਕ ਉਦੋਂ ਘਰੇ ਕਢਾਉਂਦੇ ਸੀ ਹੁਣ ਤੇ ਲੈ ਆਉਂਦੇ ਆ ਮਠਿਆਈ ਦੇ ਡੱਬੇ ਦੇ ਚਲੋ ਜੀ ਕਿਲੋ ਕਿਲੋ ਦਵੋ ਤੇ ਘਰਾਂ ਆਉਂਦਿਆਂ ਨੂੰ ਜਾਣ ਅੱਗੇ ਕਢਾ ਕੇ ਫਿਰ ਉਹਨਾਂ ਨੇ ਵੰਡਣੀ ਮਠਿਆਈ ਟੱਪੇ ਕਹਿਣੇ ਲੋਕਾਂ ਨੂੰ ਇੱਕ ਦੂਸਰੇ ਲਾ ਲਾ ਕੇ ਗਵਾਂਢੀਆਂ ਨੂੰ ਜਾਗ ਦੇ ਕੇ ਸੁੱਤੇ ਏਦਾਂ ਦੀਆਂ ਗੱਲਾਂ ਕਰਨੀਆਂ ਬਹੁਤ ਸੋਹਣਾ ਹੁੰਦਾ ਸੀ ਦੌਰ ਅੰਗਰੇਜ਼ੀ ਸੇਵੀਆਂ ਖਾਧੀਆਂ ਦੇਸੀ ਘਿਓ ਚ ਬਣਾ ਕੇ ਤੂੰ ਕਦੀ ਵੀ ਨਾ ਥੱਕਦਾ ਅੱਗੇ ਸਿਆਣੇ ਭੋਰਾ ਵੀ ਨੀ ਸੀ ਫੜੇ ਗਮਦੇ ਹੁੰਦੇ ਸੀ ਅਗਲੇ ਉਦੋਂ ਨਾ ਮਸ਼ੀਨਾਂ ਸੀ ਤੇ ਨਾ ਹੈਗਾ ਸੀ ਟਰੈਕਟਰ ਸੀ ਤੇ ਨਾ ਟਰੈਕਟਰ ਮਸ਼ੀਨਾਂ ਹੈ ਨਹੀਂ ਸੀ ਨਹੀਂ ਬੱਚੇ ਹੁੰਦੇ ਸੀ ਤੇ ਫਲੇ ਹੋਣੇ ਮਗਰ ਹੁਣ ਦੇ ਮਸ਼ੀਨਾਂ ਕਣਕ ਕੱਢਦੀਆਂ ਨਾ ਤੇ ਉਦੋਂ ਤੇ ਫਲਿਆਂ ਨਾਲ ਅਸੀਂ ਰੋਟੀ ਲੈ ਕੇ ਜਾਣੀ ਆਪਦੇ ਪਿਓ ਦੀ ਤੇ ਵੇਖਣਾ ਤੇ ਫਲੇ ਮਗਰ ਛਾਪੇ ਦੇ ਮਗਰ ਹਨਾ ਅੱਗੇ ਵੱਛੇ ਬੰਨੇ ਹੋਣੇ ਤੇ ਉਹਨੇ ਹਨਾ ਉਹਦੇ ਨਾਲ ਆਪਦਾ ਦਾਣੇ ਕੱਢਣੇ ਤੇ ਹੁਣ ਉਹ ਦਿਖਾਈਏ ਨਾ ਜਵਾਕਾਂ ਨੂੰ ਕਹਿਣਾ ਲੈ ਵਿੱਚ ਪੱਤੇ ਪਾਤੇ ਆ ਵਿੱਚ ਆਹ ਸ਼ੈ ਪੈ ਗਈ ਆ ਫਲਾ ਪੇੜਾ ਪਾ ਕੰਮ ਬਹੁਤ ਰਹਿੰਦਾ ਆਪਾਂ ਮੈਂ ਤੂੰ ਤੋੜੀ ਜਾਂਦਾ ਵਾ ਹੌਲੀ ਹੌਲੀ ਹਿਲਾ ਇਹਨੂੰ ਹਿਲਾ ਹਿਲਾ ਕੇ ਤੇ ਸਾਰੀਆਂ ਸੇਵੀਆਂ ਟੁੱਟਦੀਆਂ ਜਾਂਦੀਆਂ ਚੱਲ ਬਸ ਥੋੜੀਆਂ ਰਹਿ ਗਈਆਂ ਥੋੜੀਆਂ ਛੇਤੀ ਘਰ ਕਾਲਾ ਤੋਂ ਸੱਚੀ ਆ ਕਸਮ ਵੱਡਿਆਂ ਨੇ ਜੋ ਕੰਮ ਕੀਤੇ ਨਾ ਅਸੀਂ ਨਹੀਂ ਕਰ ਸਕਦੇ ਹੈਗੇ ਵੱਡਿਆਂ ਨੇ ਸੇਵੀਆਂ ਵੱਟੀਆਂ ਵਾ ਤੇ ਗੋਹਾ ਵੀ ਸੁੱਟਿਆ ਵਾ ਤੇ ਧਾਰਾਂ ਵੀ ਕੱਢੀਆਂ ਵਾ ਤੇ ਪੱਠੇ ਵੀ ਵੱਡੇ ਆ ਤੇ ਪਾਏ ਵੀ ਆ
सेविया का हो चला वा एंड गल्लां बातां भी हो गईयां वा सेविया भी वटियां गईयां वा ते तुहानू पता भी लग गया वा किदां वटी दियां वा इह सेविया ते किदां अज तों 20 साल पहलां वटदे सी बहुत औखियां लगदियां वा इस मुंडे ते बहुत लगदियां वा ते असीं नाल वटाउंदे रहे आ सानूं एडियां औखियां नहीं लगियां मैं ते चले गई आ 20 साल पिछे ते तुसीं मेरे घर चले गए होंगे आ कुछ देख के बुजुर्गां दे कोले बह के गल्लां पुछणियां चाहीदियां पिछलियां उहनां नाल हना ते प्यार दियां गल्लां करनियां चाहीदियां पता होना चाहीदा वा आउण वाली नसल नूं होण वालियां जिहड़े होण वाले बच्चे आ उहनां नूं पता होना चाहीदा वा कि किद्दां रहिंदे सी लोक अगे स्याणे जिहड़े मिलजुल के एक दूसरे नूं पुछदे सी दसदे सी मेरा मकसद इह आ कि तुसीं हना जिहड़ा कोई गुस्से आ उहनूं मनाओ ते जिहड़ा कोई हैगा वा तुहाडे नाल नाराज़ उहदे जाओ उहनूं मनाओ ते तुसीं मिलजुल के रहो सारे चलो अपना हुण कम वी मुक गया वा ते आपां अगले ब्लॉक च मिलदे आ ते किसे नवीं शै दे नाल अल्लाह हाफिज़।